ਅਮਰੀਕਾ ਦੇ ਅਟਲਾਂਟਾ ਸ਼ਹਿਰ 'ਚ 27 ਸਾਲ ਦੇ ਅਫਰੀਕੀ ਅਮਰੀਕੀ ਵਿਅਕਤੀ ਦੀ ਹੱਤਿਆ ਦੇ ਵਿਰੋਧ 'ਚ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਇੱਥੋਂ ਦੇ ਇੱਕ ਰਾਜਮਾਰਗ 'ਤੇ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਇਸ ਪ੍ਰਦਰਸ਼ਨ ਦੇ ਚੱਲਦਿਆਂ ਮੁੱਖ ਮਾਰਗ 'ਤੇ ਰੋਸ ਪ੍ਰਦਰਸ਼ਨ ਜਾਰੀ ਹੈ। ਦੱਸ ਦਈਏ ਕਿ ਜੋਰਜ ਫਲਾਇਡ ਦੀ ਪੁਲਿਸ ਕਸਟੱਡੀ 'ਚ ਮੌਤ ਤੋਂ ਬਾਅਦ ਅਮਰੀਕਾ 'ਚ ਇਹ ਦੂਸਰਾ ਮਾਮਲਾ ਹੈ। ਇਸ ਦੌਰਾਨ ਰਿਜ਼ਰਡ ਬੁਰਕਸ ਦੀ ਹੱਤਿਆ ਰਾਜਨੀਤਿਕ ਰੰਗ ਫੜ ਸਕਦੀ ਹੈ। ਇਸ ਨਾਲ ਅਮਰੀਕਾ 'ਚ ਵਿਰੋਧ ਪ੍ਰਦਰਸ਼ਨ ਵੱਧ ਸਕਦਾ ਹੈ। ਇੱਥੋਂ ਦੇ ਇੱਕ ਫਾਸਟ ਫੂਡ ਰੈਸਟੋਰੈਂਟ ਨੇ ਅਟਲਾਂਟਾ ਦੀ ਪੁਲਿਸ ਨਾਲ ਇਹ ਸ਼ਿਕਾਇਤ ਦਰਜ ਕੀਤੀ। ਡਰਾਈਵਰ ਥੂਹ 'ਚ ਇੱਕ ਵਿਅਕਤੀ ਕਾਰ 'ਚ ਸੋ ਰਿਹਾ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਦ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ 'ਤੇ ਉਹਨਾਂ ਦੌਰਾਨ ਸੰਘਰਸ਼ ਸ਼ੁਰੂ ਹੋ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਮ ਰਿਜ਼ਰਡ ਬੁਰਕਸ ਹੈ। ਪੁਲਿਸ ਨੇ ਦੱਸਿਆ ਕਿ ਸੰਘਰਸ਼ ਦੌਰਾਨ ਉਸਨੇ ਪੁਲਿਸ ਅਧਿਕਾਰੀ ਤੋਂ ਉਸਦਾ ਟੇਜ਼ਰ ਖੋਹ ਕੇ ਭੱਜਣ ਦੀ ਵੀ ਕੋਸ਼ਿਸ਼ ਕੀਤੀ। ਪੁਲਿਸ ਨੇ ਆਪਣੇ ਬਚਾਅ ਲਈ ਉਸਤੇ ਗੋਲੀਆਂ ਚਲਾਈਆਂ ਜਿਸ 'ਚ ਉਸਦੀ ਮੌਤ ਹੋ ਗਈ। ਲੰਡਨ 'ਚ ਸ਼ਨੀਵਾਰ ਨੂੰ ਇੱਕ ਸੱਜੇ ਪੱਖੀ ਰੈਲੀ ਦੌਰਾਨ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ 'ਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਤੇ ਨਸਲਵਾਦ ਵਿਰੋਧੀ ਪ੍ਰਦਰਸ਼ਨਕਾਰੀਆਂ ਉੱਤੇ ਹਮਲਾ ਕੀਤਾ ਸੀ। ਵਿਸਟਨ ਚਰਚਿਲ ਦੇ ਬੁੱਤ ਨੂੰ ਢਾਹੁਣ ਤੋਂ ਬਾਅਦ ਅਤੇ ਬ੍ਰਿਸਟਲ 'ਚ ਗੁਲਾਮ ਵਪਾਰੀ ਐਡਵਰਡ ਕੋਲਸਟਨ ਦੀ ਮੂਰਤੀ ਨੂੰ ਢਾਹੁਣ ਤੋਂ ਬਾਅਦ ਫੁੱਟਬਾਲ ਦੇ ਪ੍ਰਸ਼ੰਸਕਾਂ, ਬਜ਼ੁਰਗਾਂ ਅਤੇ ਹੋਰ ਸਮੂਹ ਨਸਲਵਾਦ ਵਿਰੋਧੀ ਪ੍ਰਦਰਸ਼ਨਾਂ ਤੋਂ ਯਾਦਗਾਰ ਬਚਾਉਣ ਦੇ ਪੱਖ 'ਚ ਸਨ। ਬਲੈਕ ਲਾਈਵਜ਼ ਮੈਟਰ ਅਤੇ ਫੁੱਟਬਾਲ ਦੇ ਸਮਰਥਕਾਂ ਦਰਮਿਆਨ ਝੜਪਾਂ ਦੇ ਡਰ ਕਾਰਨ ਸ਼ਾਮ 5 ਵਜੇ ਕਰਫਿਊ ਲਗਾਇਆ ਗਿਆ। ਕੁੱਝ ਪ੍ਰਦਰਸ਼ਨਕਾਰੀਆਂ ਨਸਲਵਾਦ ਅਤੇ ਪੁਲਿਸ ਦੀ ਬੇਰਹਿਮੀ ਦੇ ਵਿਰੋਧ 'ਚ ਟ੍ਰੈਫਲਗਰ ਚੌਂਕ 'ਚ ਸ਼ਾਂਤਮਈ ਢੰਗ ਨਾਲ ਇਕੱਠੇ ਹੋਏ। ਬਾਅਦ 'ਚ ਪੁਲਿਸ ਨੇ ਦੁਪਹਿਰ ਨੂੰ ਦੋਵਾਂ ਸਮੂਹਾਂ ਵਿਚਾਲੇ ਹਿੰਸਕ ਝੜਪਾਂ ਦੀਆਂ ਖਬਰਾਂ ਆਉਣ ਨਾਲ ਨਸਲਵਾਦ ਵਿਰੋਧੀ ਪ੍ਰਦਰਸ਼ਨਕਾਰੀਆਂ ਅਤੇ ਦੂਜੇ ਸਮੂਹ ਨੂੰ ਇੱਕ ਦੂਜੇ ਤੋਂ ਵੱਖ ਰੱਖਣ ਦੀ ਜਦੋਂ ਜਹਿਦ ਕੀਤੀ।